ਘਰੋਂ ਤਾਂ ਗਾਣੇ ਸੱਟਣ ਨੂੰ ਤੁਰੇ ਪਏ ਆ ਚੱਕੀ ਦੇ ਵਿੱਚ, ਪਰ ਹੁਣ ਮੂਡ ਕਰ ਗਿਆ ਕਿ ਤੇ ਚੱਲਦੇ ਆ, ਤੇ ਸੋ ਪਤਾ ਸਾਨੂੰ ਵੀ ਨਹੀਂ ਜਾਣਾ ਕਿੱਥੇ ਨੂੰ। ਫਿਰ ਸੋਚਿਆ ਕਿ ਇਕੱਲੇ ਕੀ ਕਰਨ ਜਾਣਾ, ਫਿਰ ਹੁਣ 3-4 ਜਾਣੇ ਹੋਰ ਬੁਲਾ ਲਏ। ਹੁਣ ਕਿਹਦੀ ਵੇਟ ਕਰਦਾ ਪਿਆ? ਦੁਕਾਨ ਤੇ ਰੋਦੇ ਆ ਭਾਈ ਮਾਨਾਂ ਨੂੰ ਚੱਲ ਚੱਲ ਦੁਕਾਨ ਤੇ ਰੋਣਾ ਸੋ ਰਿਹਾ ਦੁਕਾਨ ਤੇ ਰੋ ਤੂੰ ਆਪ ਹੀ। चलो चल चलो मामे को चल चाचू पीने जाके। मैं नहीं इन्हें बना रहा, मामे को ये नहीं आता। तेरे बंदे लेट हो गए, अजे तक कोई नहीं दिखण दिया, दूर दूर तक देख कोई नहीं हैगा। भाई कंडे ते रोक लेना ही जेड़ा जेड़े जेड़े बाबे नु माता ते आ रहेगा। निकल जो मोटरसाइकिल अपना। ओहो रे फट ले आनी आनी ना नहीं था कल वो चलन दे उदा थले कर शहरी केंदा केंदा रुड़ जाना। मैं क्या जिड्डा मेरा भार आ रुड़न नहीं दिंदे। लोकी गड्डिया कढ के लै गए, मोटरसाइकिल बसा लिया, सारे शर्म कर लो। ओए वापस घर नु भी जाना इत्थे। चाको इन्हें हुण करती ने ला ली तू न्याणे वाली गल, मैनु तां लगा ही तू सारा शकल तू न्याणा लगदा। ਉਹਨੂੰ ਛੱਡ ਗਿਆ ਉਹ ਵਿਚਾਰੇ ਪੁਰਾਣੀ ਗੱਡੀ ਤੇ, ਮੈਨੂੰ ਲੱਗਦਾ ਫਸ ਫੁਸ ਜਾਣਾ ਉਹਨੇ ਭਰਾ। ਉਹ ਅੱਗੇ ਦੋ ਮੋਟਰਸਾਈਕਲ ਫਸੇ ਹੋ ਧਿਆਨ ਨਾ ਉਹ।
ਇੱਦਾਂ ਦੀ ਜਗ੍ਹਾ ਤੇ ਆਣ ਕੇ ਬਿਲਕੁਲ ਹੀ ਨਿਆਣ ਫੋੜਾ ਨਹੀਂ ਕਰਨਾ ਚਾਹੀਦਾ। ਅਗਰ ਤੁਸੀਂ ਸੇਫਟੀ ਪਰਪਸ ਨਾਲ ਗੱਡੀ ਲੈ ਕੇ ਆਉਣੀ ਚਾਹੀਦੀ ਹੈ ਤੇ ਤੁਹਾਡੇ ਕੋਲ ਜੇ ਗੱਡੀ ਹੈਗੀ ਤਾਂ 4x4 ਗੱਡੀ ਲੈ ਕੇ ਆਓ, 4x2 ਨਾ ਲੈ ਕੇ ਆਓ। ਜਿੱਥੇ ਜਿੱਥੇ ਬਹੁਤ ਘੁੰਮਦੇ ਤੈਨੂੰ ਪਤਾ ਮਜ਼ਾ ਆ ਕੇ ਨਹੀਂ, ਸੱਚੀ ਕਹਿੰਦਾ ਤੂੰ ਤੁਰਿਆ ਕਿੱਧਰ? ਹਾਂ ਤਾਂ ਲੈ ਜਾਓਗੇ ਸਰਦਾਰ ਜੀ ਤੁਸੀਂ ਕੀ ਕਰਦੇ ਪਏ? ਇੱਥੋਂ ਦੀ ਬਣਾਉਂਦੇ ਵਿੱਚੋਂ ਦੀ, ਮੈਂ ਕਹਿੰਦਾ ਹਨਾ ਇੱਥੇ ਬੈਠ ਕੇ ਕੁਛ ਖਾ ਪੀ ਲੈਂਦੇ ਹਾਂ। ਅਤੇ ਉਹ ਦੇਖੋ ਵਲੌਗ ਬਣਾਉਣ ਲਈ ਕਿੰਨਾ ਨਿਆਣ ਪੋਣਾ ਕੀਤਾ ਜਾਂਦਾ, ਇੱਕ ਵੀਡੀਓ ਵਾਸਤੇ ਪਤਾ ਨਹੀਂ ਕੌਣ ਬੰਦੇ ਆ, ਬਟ ਇਹ ਤਾਂ ਸਹੀ ਨਹੀਂ ਲੱਗਦਾ ਯਾਰ, ਤੁਸੀਂ ਥੋੜ੍ਹਾ ਜਿਹਾ ਜੈਨੂਇਨ ਰਹੋ। ਉਹ ਕੰਜਰਾ ਹੌਲੀ ਓਪਰਾ ਉੱਥੇ ਦੋ ਕੁ ਵਾਰੀ ਘੁਮਾ ਉੱਥੇ ਇਹ ਵੀਡੀਓ ਦੇਖ ਕੇ ਤੇਰਾ ਮੋਟਰਸਾਈਕਲ ਹੀ ਖੇਡ ਲੈਣਾ ਭਰਾ। ਇਹ ਨਿਆਣਪੁਣਾ ਹੀ ਕਰਨਾ ਸੀ ਮੈਨੂੰ ਪਤਾ ਆ, ਇਹਨਾਂ ਨਾ ਚੁੱਲ੍ਹ ਜੀ ਮੱਚੀ ਸੀਗੀ ਉੱਧਰ ਨੂੰ ਦੇਖ ਦੇਖ ਕੇ।